अस्सलाम वालेकुम जी। आपने पम्मा का इंटरव्यू सुनियो जी। दसो पम्मा साहब, तुसी तो ना बाजी लाई 100 रुपया की हिसाब किताब है? ਐ ਜਨੂੰ ਆਪੇ ਮੈਂ ਫੋਟੋ ਪਰਾਉਣ ਲਿਆ ਤੇ ਆਪ ਲਵਾਣਾ ਜਿੰਨੇ ਦਾਦਾ ਯਾ ਤੂੰ ਕਿ ਮੈਂ ਤੇਨਾ ਭਲਵਾਨਾ ਮੇਰੇ ਪੇਜ ਤੋਂ ਬਾਅਦ ਨਵਾਂ ਮੁੜ ਕੇ ਪਾਈ ਨਾ ਜਿੰਨਾ ਨਹੀਂ ਲੈਣਾ ਕੰਨਨ ਵਾ ਤਨਾ ਨਾ ਨਹੀਂ ਲਾਉਂਦੇ ਆਪ ਤਾਂ ਆਪ ਦੀ ਭਲਵਾਨਾ ਨਾ ਓਏ ਕਾਲ ਕੰਨਨ ਵਾ ਤਨਾ ਵੇ ਨਹੀਂ ਆ ਲੈ ਲਾਲਾ ਕੋਈ ਨਹੀਂ ਐਦਾਂ ਆ ਮੈਂ ਤੇਨਾ ਭਲਵਾਨਾ ਕਰੀ ਪਾਈ ਨਾ ਥੱਲੇ ਲਾ ਥੱਲੇ ਨਹੀਂ ਭਲਵਾਨਾ ਤੇ ਆ ਮੈਂ ਤੇ ਜਾਵਾਂ ਆਪ ਦੇ ਜੀ ਮੈਂ ਤੇ ਜਮਾ ਹਾਰ ਗਿਆ ਮੈਂ ਥੱਲੇ ਆਪ ਹੈ ਦਿਲਾਉਂ ਮੈਂ ਨਾ ਮੁਰ ਕੇ ਬਾਜੀ ਦਿਲਾਈ ਨਹੀਂ ਲੰਗਾ ਨਹੀਂ ਤਿੰਨ ਵਾਰੀ ਕਹਿ ਕੇ ਤਲਾਕ ਨਹੀਂ ਨਹੀਂ ਜੋ ਬਲਵਾਨਾ ਤੇ ਨਾ ਬਾਜੀ ਨਹੀਂ ਲੰਗਾ ਨਹੀਂ ਨਹੀਂ ਲੰਗਾ ਨਹੀਂ ਲੰਗਾ ਤੇ ਲਾ ਗਾ ਮੈਨੂੰ ਕਹਿਤਾ ਤੂੰ ਜ਼ਿੰਦਗੀ ਮਾਨਾ ਜਰਮਾਨਾ ਹੋਣਾ ਮੈਨੂੰ ਜ਼ਿੰਦਗੀ ਤੂੰ ਕਿਹਾ ਮੈਨੂੰ ਮੈਂ ਗੱਲ ਕਰਾਂ ਮੈਂ ਤੈਨੂੰ ਕਹਿਣਾ ਬਾਜੀ ਤਾਂ ਹੁਣ ਵੀ ਲਾ ਮੈਨੂੰ ਮੈਂ 100 ਦੇ ਦੇ ਮੈਂ 100 ਦੇ ਦੇ ਉਹ ਫੇਰ ਤੇ ਮੈਂ ਤੈਨੂੰ ਨਹੀਂ ਦਾ ਤੂੰ ਨਹੀਂ ਮੈਨੂੰ ਦਾ ਨਹੀਂ ਨਹੀਂ ਤੂੰ ਕਹਿ ਮੈਂ ਕੰਨਾਂ ਨੂੰ ਹੱਥ ਲਾ ਬੈਣਾ ਦੋ ਤਿੰਨ ਵਾਰੀ ਕੰਨਾਂ ਨੂੰ ਹੱਥ ਲਾ ਚੱਲ ਤਿੰਨ ਵਾਰੀ ਕੰਨਾਂ ਨੂੰ ਹੱਥ ਲਾ ਬਾਜੀ ਨਹੀਂ ਲਾਣੀ ਨਹੀਂ ਲਾਣਾ ਦੇਣਾ ਇੱਕ ਵਾਰੀ ਲਾ ਤਿੰਨ ਨਾਲ ਵਾਰ ਇੱਕ ਕੰਨਾਂ ਨੂੰ ਆ ਲੈ ਤੂੰ ਨਹੀਂ ਲਾਣਾ ਬਾਜੀ ਲਿਆ ਪਲਵਾਨਾ ਤੂੰ ਕਹਿ ਮੈਂ ਨੋ ਵੱਡਾ ਭੈਣ ਚੋ ਦਾ ਤੇਨਾਂ ਬਾਜੀ ਨਹੀਂ ਕੰਨਾਂ ਤੂੰ ਤੂੰ ਬਾ ਤੂੰ ਬਾ ਤੂੰ ਨਹੀਂ ਲਾਣੀ ਮੈਨੂੰ ਤੂੰ ਨਹੀਂ ਲਾਣੀ ਮੈਨੂੰ ਨਹੀਂ ਲਾਣਾ ਮੈਂ ਨਹੀਂ ਲਾਣਾ ਮੈਂ ਕਹਿੰਦਾ ਤੂੰ ਮੈਨੂੰ ਲਾ ਇੱਕ ਵਜੇ ਕਿੰਨੇ ਵਜੇ ਬਾਅਦ ਲਾ ਕਬੂਤਰ ਪਹਿਲਾਂ ਬੋਲ ਕੇ ਨਾ ਮੈਂ ਤੇ ਆ ਲਾਵਾਂ ਜੀ एक बजे तो बाद झूठ झूठ उन 100 देने ही पहला ध्यान रख से हैं एक बजे तो बाद जी पाता के जान ना 100 दे ओ मेरे ने तजीब काट के चला दूंगा भगवान एक बार जीव काट देता जी बेड़ा ही गर्क मैं हूं वीडियो कट के देनी भलवान जी 100 रुपया पम्मा देना तू मेरा मुर्गे बाई नहीं लाना नहीं लाना पारो जी।